ਸਿੰਗਰ ਤੇ ਲਿਰਿਸਿਸਟ ਹਰਫ ਚੀਮਾ ਦਾ ਨਵਾਂ ਗਾਣਾ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਹਰਫ ਚੀਮਾ ਆਪਣੇ ਜ਼ਿਆਦਾਤਰ ਗਾਣੇ ਨੂੰ ਲਿਰਿਕਸ ਵੀ ਆਪ ਦੇਖ ਕੇ ਅਤੇ ਉਹਨਾਂ ਨੂੰ ਆਪਣੀ ਖੂਬਸੂਰਤ ਆਵਾਜ਼ ਵਿੱਚ ਗਾ ਕੇ ਆਪਣੇ ਫੈਨਸ ਦਾ ਦਿਲ ਜਿੱਤਦੇ ਨੇ। ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਤੌਰ ਸਿੰਗਰ ਅਤੇ ਲਿਰਿਸਿਸਟ ਕਈ ਹਿੱਟ ਗਾਣੇ ਦਿੱਤੇ ਨੇ। ਹਰਫ ਚੀਮਾ ਦਾ ਨਵਾਂ ਗਾਣਾ ਜੋ ਕਿ ਯਾਰਾਂ ਦਾ ਯਾਰ ਟਾਈਟਲ ਤੋਂ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਅਤੇ ਇਸਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ ਵਿੱਚ ਤਾਂ ਹਰਫ ਚੀਮਾ ਨੇ ਬਹੁਤ ਹੀ ਵਧੀਆ ਅੰਦਾਜ਼ ਵਿੱਚ ਅੰਗਰੇਜ਼ਾਂ ਨੂੰ ਆਪਣਾ ਬੜਾ ਵਧੀਆ ਐਟੀਟਿਊਡ ਦਿਖਾਇਆ। ਇਹ ਗਾਣਾ ਹਰਫ ਚੀਮਾ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ ਅਤੇ ਇਸਦਾ ਮਿਊਜ਼ਿਕ ਦੀਪ ਚੰਡੂ ਵੱਲੋਂ ਦਿੱਤਾ ਗਿਆ ਹੈ ਅਤੇ ਵੀਡੀਓ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ।